ਜਦੋਂ ਫਿਲਮ ਸੁਣ ਰਿਹਾ ਸੀ ਤਾਂ ਮੈਂ ਉਸ ਟਾਈਮ ਖੁਦ ਸੁਣਦੇ ਸੁਣਦੇ ਮੇਰੇ ਵੀ ਖਿਆਲ 'ਚ ਆਇਆ ਵੀ ਅੱਜ ਤੱਕ ਮੈਂ ਆਪਣੀ ਮੰਮੀ ਨੂੰ ਪੁੱਛਿਆ ਹੀ ਨਹੀਂਗਾ ਕਿ ਮੰਮੀ ਵੀ ਤੁਹਾਡਾ ਕੋਈ ਆਪਣਾ ਕੋਈ ਸੁਪਨਾ ਸੀਗਾ ਵੀ ਜਿਹੜਾ ਤੁਸੀਂ ਨਹੀਂ ਕੀਤਾ। ਕਦੇ ਡਰ ਜਿਹਾ ਲੱਗਦਾ ਸੀ ਵੀ ਕੰਗਣਾ ਨਾਲ ਕੰਮ ਕਰ ਰਹੇ ਹਾਂ ਯਾਰ ਦਬੰਗ ਲੇਡੀ ਆ, ਕਦੇ ਕੋਈ ਇੰਸੀਡੈਂਟ ਐਸਾ ਹੋਇਆ ਲੱਗਿਆ ਪਿਆ ਕਿ ਕੰਗਣਾ ਦਬੰਗ ਹੈ। ਦਬੰਗ ਹੋਣਾ ਮੈਨੂੰ ਲੱਗਦਾ ਕੋਈ ਬੁਰੀ ਗੱਲ ਨਹੀਂ ਹੈਗੀ, ਜੇ ਉਹ ਖੁੱਲ੍ਹ ਕੇ ਆਪਣੇ ਪੁਆਇੰਟ ਆਫ ਵਿਊ ਲੋਕਾਂ ਦੇ ਅੱਗੇ ਰੱਖਦੇ ਆ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕੋਈ ਐਡੀ ਪ੍ਰੋਬਲਮ ਨਹੀਂ। ਬਟ ਜੱਸੀ, ਪੰਜਾਬੀ ਮਿਊਜ਼ਿਕ ਨੂੰ ਰੀਕ੍ਰੀਏਟ ਕੀਤਾ ਜਾਂਦਾ ਬੋਲੀਵੁੱਡ ਦੇ ਵਿੱਚ, ਪ੍ਰਾਊਡ ਫੀਲ ਹੁੰਦਾ ਜਦੋਂ ਬੋਲੀਵੁੱਡ ਦੇ ਵਿੱਚ ਕੰਮ ਕਰਦੇ ਹੋ ਕਿ ਸਾਡੇ ਗਾਣੇ ਹੁਣ ਬੋਲੀਵੁੱਡ ਦੇ ਵਿੱਚ ਚੱਕੇ ਜਾ ਰਿਹਾ, ਰੀਕ੍ਰੀਏਟ ਕੀਤੇ ਜਾ ਰਿਹਾ? ਪੰਜਾਬੀ ਮਿਊਜ਼ਿਕ ਮੇਰਾ ਤਾਂ ਰੀਕ੍ਰੀਏਟ ਨਾਲੋਂ ਵੀ ਵੱਧ ਵੈਸੇ ਪੰਜਾਬੀ ਮਿਊਜ਼ਿਕ ਇੰਨਾ ਕੁ ਜ਼ਿਆਦਾ ਪਾਪੂਲਰ ਹੋ ਗਿਆ ਕਿ ਜੇ ਫਿਲਮ 'ਚ ਵੀ ਤਾਂ ਲੈਂਦੇ ਹੁਣ, ਕਿਉਂਕਿ ਪੰਜਾਬੀ ਮਿਊਜ਼ਿਕ ਦਾ ਆਲਰੇਡੀ ਇੰਨਾ ਕੁ ਪਾਪੂਲਰ ਹੁੰਦਾ ਤਾਂ ਉਹਨੂੰ ਰੀਕ੍ਰੀਏਟ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰਦੇ ਆ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ, ਮੈਂ ਰਵਿੰਦਰ ਮੀਤ। ਲਾਈਫ ਕਬੱਡੀ ਦੀ ਗੇਮ ਦੀ ਤਰ੍ਹਾਂ ਹੁੰਦੀ ਹੈ, ਕਦੇ ਲਾਈਫ ਤੁਹਾਡੇ 'ਤੇ ਰੇਡ ਪਾਉਂਦੀ ਆ, ਕਦੇ ਤੁਸੀਂ ਲਾਈਫ 'ਤੇ ਰੇਡ ਪਾਉਂਦੇ ਹੋ, ਯਾਨੀ ਕਿ ਕਦੇ ਲਾਈਫ ਤੁਹਾਡੇ ਨਾਲ ਪੰਗੇ ਲੈਂਦੀ ਆ ਅਤੇ ਕਦੇ ਤੁਸੀਂ ਲਾਈਫ ਨਾਲ ਪੰਗੇ ਲੈਂਦੇ ਹੋ। ਕੁਛ ਇਹੋ ਜਿਹੇ ਪੰਗਿਆਂ 'ਤੇ ਆਧਾਰਿਤ ਬਾਲੀਵੁੱਡ ਦੀ ਫਿਲਮ ਆ ਰਹੀ ਆ ਜਿਸ ਦਾ ਨਾਮ ਹੈ ਪੰਗਾ, ਅਤੇ ਇਸ ਫਿਲਮ ਦੇ ਪੰਗੇਬਾਜ਼ ਨੇ ਜੱਸੀ ਗਿੱਲ ਸਾਡੇ ਨਾਲ ਨੇ। ਜੱਸੀ, ਸਭ ਤੋਂ ਪਹਿਲਾਂ ਸਵਾਗਤ ਹੈ ਦੈਨਿਕ ਸਵੇਰਾ 'ਚ ਤੁਹਾਡਾ। ਭਾਅ ਜੀ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ। ਤੁਸੀਂ ਬਾਲੀਵੁੱਡ ਦੇ ਵਿੱਚ ਦੂਸਰੀ ਵਾਰ ਐਂਟਰੀ ਮਾਰ ਰਹੇ ਹੋ, ਦਿਲ ਦੀ ਧੜਕਣ ਕੀ ਕਹਿੰਦੀ ਆ, ਫੀਲਿੰਗ ਕੀ ਕਹਿੰਦੀ ਆ, ਕਿਸ ਤਰੀਕੇ ਨਾਲ ਲੱਗ ਰਿਹਾ ਤੁਹਾਨੂੰ ਕੰਗਣਾ ਦੇ ਨਾਲ ਆ ਰਹੇ ਹੋ ਤੁਸੀਂ ਬੋਲੀਵੁੱਡ ਦੇ? ਹਾਂਜੀ, ਮੇਰੇ ਲਈ ਜਿਵੇਂ ਕਹਿ ਲਓ ਬਿਲਕੁਲ ਨਵੀਂ ਇੰਡਸਟਰੀ ਦੇ ਵਿੱਚ ਕੰਮ ਕਰਨ ਲੱਗਿਆ ਮੈਂ। ਇਸ ਤੋਂ ਪਹਿਲਾਂ ਮੇਰੀ ਹੈਪੀ ਫਿਰ ਬਾਗ ਜਾਏਗੀ ਆਈ ਸੀਗੀ ਫਿਲਮ, ਸੋ ਹੁਣ ਪੰਗਾ ਆ ਰਹੀ ਆ। ਸੋ ਜਦੋਂ ਤੁਸੀਂ ਕੋਈ ਨਵੀਂ ਇੰਡਸਟਰੀ ਜਾਂ ਨਵਾਂ ਕੰਮ ਕਰਨਾ ਹੁੰਦਾ, ਸੋ ਜਿਹੜੀ ਫੀਲਿੰਗ ਹੁੰਦੀ ਉਹੀ ਫੀਲਿੰਗ ਮੇਰੇ ਦਿਲ ਦੇ ਵਿੱਚ ਆ। ਥੋੜ੍ਹਾ ਐਕਸਾਈਟਡ ਬਹੁਤ ਜ਼ਿਆਦਾ ਇਸ ਕਰਕੇ ਹਾਂ ਕਿਉਂਕਿ ਥੋੜ੍ਹਾ ਕੌਨਫੀਡੈਂਟ ਵੀ ਹਾਂ, ਕਿਉਂਕਿ ਟ੍ਰੇਲਰ ਨੂੰ ਬਹੁਤ ਸੋਹਣਾ ਰਿਸਪੋਂਸ ਮਿਲਿਆ, ਸਭ ਨੇ ਟ੍ਰੇਲਰ ਬਹੁਤ ਸੋਹਣਾ ਪਸੰਦ ਕੀਤਾ, ਅਤੇ ਬਸ ਇਹੀ ਉਮੀਦ ਆ ਕਿ ਹੁਣ 24 ਤਰੀਕ ਨੂੰ ਜਦੋਂ ਲੋਕ ਫਿਲਮ ਦੇਖ ਕੇ ਆਉਣ ਤਾਂ ਕੁਛ ਚੰਗਾ ਸੁਣਨ ਨੂੰ ਮਿਲੇ ਉਹਨਾਂ ਤੋਂ। ਜੱਸੀ, ਥੀਮ ਕੀ ਰਹਿਣਾ ਪੰਗਾ ਫਿਲਮ? ਥੀਮ ਇਹੀ ਹੈ ਜੀ ਕਿ ਇੱਕ ਸੈਕਿੰਡ ਚਾਂਸ ਲਾਈਫ ਦੇ ਵਿੱਚ, ਕਿਉਂਕਿ ਆਪਾਂ ਖਾਸ ਕਰਕੇ ਜਦੋਂ ਆਪਣੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀ ਲੇਡੀਜ਼ ਐਵੇਂ ਦੀ ਜਿਹੜੀਆਂ ਘਰ ਦੇ ਕੰਮ ਦੇ ਵਿੱਚ ਉੱਲ ਜਾਂਦੀਆਂ ਨੇ ਵਿਆਹ ਤੋਂ ਬਾਅਦ, ਅਤੇ ਉਹਨਾਂ ਦੇ ਆਪਣੇ ਸੁਪਨੇ ਭੁੱਲ ਜਾਂਦੀਆਂ ਨੇ, ਸਿਰਫ ਫੈਮਿਲੀ ਦੇ ਲਈ ਆਪਣੇ ਸੈਕਰੀਫਾਈਸ ਕਰਨੇ ਪੈਂਦੇ ਉਹਨਾਂ ਆਪਣੇ ਡ੍ਰੀਮਸ। ਸੋ ਉਹਨਾਂ ਦੀ ਉਵੇਂ ਦੀ ਇੱਕ ਕੁੜੀ ਦੀ ਸਟੋਰੀ ਆ ਜਿਹੜੀ ਕਿ ਆਪਣੀ ਫੈਮਿਲੀ ਦੇ ਲਈ ਆਪਣਾ ਡ੍ਰੀਮ ਸੈਕਰੀਫਾਈਸ ਕਰ ਦਿੰਦੀ ਆ, ਅਤੇ ਬਾਅਦ ਵਿੱਚ ਉਹ ਸੈਕਿੰਡ ਚਾਂਸ ਮਿਲਦਾ ਉਹਨੂੰ ਅਤੇ ਉਹ ਟਰਾਈ ਕਰਦੀ ਆ, ਜਿਹਦੇ ਵਿੱਚ ਮੈਂ ਉਹਨੂੰ ਸਪੋਰਟ ਕਰਦਾ ਅਤੇ ਸਾਡਾ ਇੱਕ ਬੱਚਾ ਹੁੰਦਾ ਉਹਨੂੰ ਸਪੋਰਟ ਕਰਦਾ। ਸੋ ਸਪੋਰਟ ਦੇ ਨਾਲ ਉਹ ਦੁਬਾਰਾ ਕਿਵੇਂ ਉੱਭਰ ਕੇ ਆਉਂਦੀ ਆ, ਨਿਕਲਦੀ ਆ ਅਤੇ ਆਪਣਾ ਡ੍ਰੀਮ ਪੂਰਾ ਕਰਦੀ ਆ, ਉਸ ਫਿਲਮ 'ਚ ਦੇਖਣ ਨੂੰ ਮਿਲੂਗਾ। ਸੋ ਮੈਨੂੰ ਲੱਗਦਾ ਕਿ ਬਹੁਤਿਆਂ ਦੀ ਆਪਣੇ ਪੰਜਾਬ ਦੇ ਵਿੱਚ ਬਹੁਤਿਆਂ ਦੀ ਸਟੋਰੀ ਐਵੇਂ ਦੀ ਹੈ, ਅਤੇ ਖਾਸ ਕਰਕੇ ਮੈਂ ਹਰ ਇੰਟਰਵਿਊ 'ਚ ਦੱਸਦਾ ਜ਼ਰੂਰ ਕਿ ਜਦੋਂ ਮੈਂ ਫਿਲਮ ਦੀ ਨਰੇਸ਼ਨ ਹੋ ਰਹੀ ਸੀਗੀ ਅਤੇ ਮੈਂ ਜਦੋਂ ਫਿਲਮ ਸੁਣ ਰਿਹਾ ਸੀ ਤਾਂ ਮੈਂ ਉਸ ਟਾਈਮ ਖੁਦ ਸੁਣਦੇ ਸੁਣਦੇ ਮੇਰੇ ਵੀ ਖਿਆਲ 'ਚ ਆਇਆ ਵੀ ਅੱਜ ਤੱਕ ਮੈਂ ਆਪਣੀ ਮੰਮੀ ਨੂੰ ਪੁੱਛਿਆ ਹੀ ਨਹੀਂਗਾ ਕਿ ਮੰਮੀ ਵੀ ਤੁਹਾਡਾ ਕੋਈ ਆਪਣਾ ਕੋਈ ਸੁਪਨਾ ਸੀਗਾ ਵੀ ਜਿਹੜਾ ਤੁਸੀਂ ਨਹੀਂ ਕੀਤਾ, ਕਿਉਂਕਿ ਮੈਂ ਤਾਂ ਜਦੋਂ ਦੇਖਦਾ ਹੁੰਦਾ ਸੀ ਉਹਨਾਂ ਨੂੰ, ਉਹਨਾਂ ਦਾ ਉਹੀ ਰੂਟੀਨ ਸੀਗੀ ਹਰ ਰੋਜ਼ ਸਵੇਰੇ ਉੱਠਣਾ, ਘਰ ਦਾ ਕੰਮ ਕਰਨਾ, ਵੀ ਮਤਲਬ ਮੰਮੀ ਦੀ ਨਹੀਂ, ਖਾਸ ਕਰਕੇ ਜਿੰਨੇ ਵੀ ਮੈਂ ਲੇਡੀਜ਼ ਦੇਖਦਾ ਪਿੰਡਾਂ ਦੇ ਵਿੱਚ ਸਾਰਿਆਂ ਦੀ ਇਹੀ ਰੂਟੀਨ ਆ। ਸੋ ਕਿਤੇ ਨਾ ਕਿਤੇ ਇਹ ਚੀਜ਼ ਮੈਨੂੰ ਵੀ ਫੀਲ ਹੋਈ, ਮੈਨੂੰ ਲੱਗਦਾ ਜਦੋਂ ਫਿਲਮ ਦੇਖ ਕੇ ਆਉਣਗੇ ਲੋਕ ਉਹਨਾਂ ਦੇ ਕਿਤੇ ਨਾ ਕਿਤੇ ਉਹ ਚੀਜ਼ ਜ਼ਰੂਰ ਮਾਇੰਡ ਦੇ ਵਿੱਚ ਆਊ, ਦਿਲ ਦੇ ਵਿੱਚ ਆਊਗੀ ਕਿ ਉਹ ਆਪਣੇ ਖਾਸ ਆਪਣੇ ਜਿਹੜੇ ਜਿਨ੍ਹਾਂ ਨੂੰ ਪਿਆਰ ਕਰਦੇ ਆ, ਜਿਨ੍ਹਾਂ ਨੂੰ ਫੀਲ ਕਿਸੇ ਦੀ ਵਾਈਫ, ਕਿਸੇ ਦੀ ਸਿਸਟਰ, ਕਿਸੇ ਦੀ ਮੰਮੀ, ਹਾਂਜੀ, ਜਿਹੜੇ ਤੁਹਾਡੇ ਲਈ ਸੈਕਰੀਫਾਈਸ ਕਰਦੇ ਆ, ਅਤੇ ਉਹਨਾਂ ਨੂੰ ਇੱਕ ਵਾਰ ਇਹ ਮਾਇੰਡ 'ਚ ਜ਼ਰੂਰ ਆਊਗਾ ਕਿ ਹਾਂ ਲਾਈਫ 'ਚ ਅਗਰ ਦੂਜਾ ਚਾਂਸ ਲਿੱਤਾ ਜਾਵੇ ਤਾਂ ਕਈ ਵਾਰ ਸਫਲ ਵੀ ਹੋ ਜਾਂਦਾ ਬੰਦਾ। ਮਤਲਬ ਤੁਸੀਂ ਮੰਮਾ ਨੂੰ ਪੁੱਛਿਆ ਤੁਸੀਂ ਕਿ ਤੁਹਾਡਾ ਸੁਪਨਾ ਕੀ ਸੀਗਾ, ਤੁਸੀਂ ਗੱਲਬਾਤ ਹੋਈ? ਮੈਂ ਉਹੀ ਦੱਸਦਾ ਹੁਣ, ਚੱਕਰ ਕੀ ਆ ਕਿ ਮੇਰੀ 3 ਸਿਸਟਰ ਨੇ ਮੇਰੇ ਤੋਂ ਵੱਡੀਆਂ, ਮੈਂ ਸਭ ਤੋਂ ਛੋਟਾ, ਸੋ ਮੇਰੀ ਸਾਰੀ ਫੈਮਿਲੀ ਕੈਨੇਡਾ ਸ਼ਿਫਟ ਹੋ ਗਈ ਸੀਗੀ। ਸੋ ਹੁਣ ਉਹ ਵਿਹਲੇ ਹੁੰਦੇ ਆ, ਹੁਣ ਤਾਂ ਉਹ ਜਿਹੜੇ ਕਹਿੰਦੇ ਵੀ ਹੁਣ ਜਿਹੜੇ ਮੇਰੇ ਸੁਪਨੇ ਨੇ ਮੈਂ ਜਵਾਕਾਂ 'ਚ ਦੇਖਦੀ ਹਾਂ, ਮੇਰੇ ਜਵਾਕ ਸੈੱਟ ਨੇ, ਮੇਰੇ ਸੁਪਨੇ ਉਸ ਚੀਜ਼ ਦੇ ਵਿੱਚ ਹੀ ਨੇ, ਮੈਨੂੰ ਉਹੀ ਦੇਖ ਕੇ ਖੁਸ਼ੀ ਹੁੰਦੀ ਆ। ਸੋ ਪੇਰੈਂਟਸ ਦੇ ਲਈ ਇਹੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਆ ਕਿ ਤੁਹਾਡੇ ਜਵਾਕ, ਕਿਉਂਕਿ ਉਹਨਾਂ ਨੇ ਅੱਜ ਤੱਕ ਜਿੰਨੇ ਜੋ ਵੀ ਸੈਕਰੀਫਾਈਸ ਕੀਤੇ ਉਹ ਸਾਨੂੰ ਜਿਵੇਂ ਕਹਿ ਲਓ ਸਾਨੂੰ ਇੱਕ ਚੰਗੀ ਲਾਈਫ ਦੇਣ ਲਈ ਕੀਤੇ ਆ। ਸੋ ਅੱਜ ਉਹ ਦੇਖਦੇ ਆ ਸਾਰੇ ਚਾਰੇ ਭੈਣ ਭਰਾ ਵਧੀਆ ਆਪਣੀ ਲਾਈਫ ਦੇ ਵਿੱਚ ਸੈਟਲਡ ਆ ਅਤੇ ਆਪਣਾ ਕੰਮ ਕਰ ਰਹੇ ਹਾਂ। ਸੋ ਮੈਨੂੰ ਲੱਗਦਾ ਇਹੀ ਉਹਨਾਂ ਦੀ ਸਭ ਤੋਂ ਖੁਸ਼ੀ ਦੀ ਚੀਜ਼ ਆ, ਅਤੇ ਮੈਨੂੰ ਲੱਗਦਾ ਇਹੀ ਜਦੋਂ ਵੀ ਕੋਈ ਗੱਲ ਹੁੰਦੀ ਆ ਤਾਂ ਇਹੀ ਕਹਿੰਦੇ ਵੀ ਮੈਨੂੰ, ਜੇ ਮੈਂ ਆਪਣੇ ਮੋਸਟਲੀ ਇਹੀ ਗੱਲ ਹੁੰਦੀ ਆ ਕਿ ਬੱਚੇ ਖੁਸ਼ੀ ਨੇ ਤਾਂ ਅਸੀਂ ਖੁਸ਼ ਹਾਂ।
कंगना नाल काम कर रहे हो तुसीं। बॉलीवुड दे विच आम तौर पर मन्या जांदा धारणा कि दबंग ने सलमान खान, लेकिन कंगना भी दबंग तो घट नहीं। दबंग लेडी नाल काम करके किवें दा लग्या? कदे डर जा लगदा सी भी कंगना नाल काम कर रहे हैं यार, दबंग लेडी है? कदे कोई इंसीडेंट ऐसा होया लग्या वे कि कंगना दबंग है जी? मैनू मतलब इदां जिवें आपां गल्लां सुनियां सुनाइयां सुनियां बहुत सीगियां गल्लां, मतलब इह तां सीगा माइंड दे विच, पर कितें ना कितें जिवें कह लो जद तुसीं बंदे नूं मिलदे नहीं होंदे उदों तक तुसीं कोई उहदे बारे अपना माइंड 'च नहीं बना सकते। मेरा थोड़ा सुभाव इवें दा, मैं तां मतलब उइयों नहीं किसी वध घट गल ही नहीं करी दी, अपने इदा हुंदा वी अपना काम काम तक की गल रखी ज़्यादा बैटर आ। बट मैं लगता जब तक तुसीं किसी नूं मिले नहीं होंदे उदों तक तुसीं किसी बारे कुछ कह नहीं सकते। सो हुण मैं उन्हां नाल काम किया, मैं कह सकदा कि बहुत वधिया साडा एक्सपीरियंस रहा सी। बहुत 40-50 दिन असीं शूट किया, हुण प्रमोशनस भी कर रहे हां असीं। सो बहुत वधिया एक्सपीरियंस है मेरा उन्हां नाल। दबंग होना मैं लगता कोई बुरी गल नहीं हैगी, जो खुल्ह के अपने पॉइंट ऑफ व्यू लोगों के अगे रखते हैं तो मैं लगता कोई एड्डी प्रॉब्लम नहीं। बट ये कह सकता कि जिन्नी देर असी शूट किया साडा बहुत वधिया माहौल, शूट का बहुत वधिया रहा, क्योंकि साडा कॉन्सैप्ट एवें दा सीगा फिल्म का, एक फैमिली की स्टोरी सी, ते मेरी वाइफ सी कंगना, सो नाल साडे बच्चा सी, साडी उह स्टोरी एक उत्थे घर दे विच ते शूट हो रही, जैसे माहौल ही एक फैमिली का बन गया सी। सो कदे इहो जी चीज़ फील ही नहीं हुई हैगी। बट हाँ, कितें ना कितें पहला जदों शुरू किए सी शूट दे ते ये गल्लां माइंड दे विच सीगियां, बट फिर उही गल आ जांदी जद तक तुसीं किसी नूं मिलदे नहीं, तुसीं जानदे नहीं बंदे नूं परसनली, तुसीं कोई जजमेंट नहीं कर सकते किसी। लास्ट कपल ऑफ टू ईयर इस तरह दियां खबरां ज़्यादा आईयां कंगना लई, मैं इस करके ही सवाल पुछा। हाँ जी, मैनूं तुसीं नहीं भाजी, मैनूं मैं जिन्नियां इंटरव्यूज़ कीतियां ने मैनूं सारी ये पुछदे आ जी, ते फिर मैनूं ये चीज़ के बारे सब नू जे मैं किसी ऐं भी कह दिना कि भी नहीं कोई ऐसी गलबात नहीं हुई, तो मैं लगता कई ऐं भी कह देने भाजी तुम दसना नहीं चाहते है, कुछ तो होना तुम दसना नहीं चाहते है। बट ऐसी कोई गल नहीं, बहुत वधिया साडा जिवें कह लो कि अपने काम के लिए बहुत सीरीयस ने, अपने ताही इस मुकाम ते ने, ते जदों आपां इहो जिहे लोकां नाल काम करदे आ, इवें दे आर्टिस्टां नाल काम करदे आ, सानूं बहुत कुछ सीखण नूं मिलदा। सो मैं जिवें हमेशा कहना कि मेरा कोई बैकग्राउंड नहीं एक्टिंग दे नाल, सो मैं इहो जिहे जिहड़े टैलेंटड लोग ने उहनां नाल काम करके इस इंडस्ट्री दे विच आया, तो उत्थों ही सीखण नूं मिलदा बहुत कुछ। सो उत्थों ही सीखते रहिंदे वी, कंगना नाल काम करके बहुत चंगा लग्गा ते बहुत कुछ चंगी चीज़ां सीखण नूं मिलियां। फस्ट टाइम फीमेल लेडी डायरैक्टर नाल तुसीं काम कीता, पंगा कोई उन्हां नाल पिया कोई, क्योंकि बॉलीवुड दे विच काम करना सौखा काम नहीं? नहीं, फिर उत्थे गल आ गई जी कि आपां सुनियां सुनाईयां गल्लां ते अगर जावांगे तां फिर तां बहुत गल्लां हुंदियां ने। बट अगर मैं अपना एक्सपीरियंस दसां, टचवुड बहुत वधिया रहा जी, चाहे वह अश्वनी जी नाल होवे, चाहे कंगना दे नाल होवे, चाहे नीना गुप्ता जी, रिचा, सारे नाल असीं काम कीता। ते अश्वनी जी दा तां मैं खास करके दसना चाहूँगा कि उन्होंने बहुत तरीके नाल फिल्म बनाई है उन्हां दी, इस तों पहला बरेली की बर्फी, ते बेस्ट डायरैक्टर दे अवार्ड भी सीगा मिलिया उन्होंने। सो उन्हां दी सोच फिल्म दे लई जिवें कह लो कि उन्होंने पता उन्होंने की बनाउणा, बहुत रीयल रखदे आ स्टोरी नूं, जिन्ना भी मेरे तो कम कराया उन्होंने, चाहे जिन्ना भी सी फिल्म मैं ट्रेलर तुसीं देखिया होगा, जिन्ने भी देखिया, मतलब वो बहुत फिल्म नूं थोड़ी रीयल लाइफ दे क्लोज़ रखण दी कोशिश करदे आ, एंड जिहदे विच बहुत हद तक सफल भी होए ने इस फिल्म दे विच। तो एक डिफरेंट काम करन दा मौका मिलिया, बहुत नैचुरल काम करन दा मौका मिलिया इस फिल्म दे विच। सो उन्होंने बहुत तरीके नाल काम कराया, तो मैं बहुत खुश हाँ कि मैं उन्हां अश्वनी जी नाल इस फिल्म दे विच काम कर रहा। जैसी पंजाबी म्यूजिक नू रीक्रिएट किया जाता बॉलीवुड दे विच, प्राउड फील हुंदा जो बॉलीवुड दे विच काम करदे हो कि साडे गाने हुण बॉलीवुड दे विच चक्के जा रहे आ, रीक्रिएट किए जा रहे? हाँ जी, बहुत चंगा लगता, क्योंकि पंजाबी म्यूजिक मैं लगता रीक्रिएट नालों भी वध वैसे ही पंजाबी म्यूजिक इन्ना क ज़्यादा पॉपूलर हो गया कि जे फिल्म च भी तां लैंदे हुण, क्योंकि पंजाबी म्यूजिक दा ऑलरेडी इन्ना पॉपूलर हुंदा, तां रीक्रिएट करन दी उन्होंने कोशिश करदे आ, तां सो दैट उन्हां दी फिल्म नूं थोड़ा बूस्ट मिल सके, जां बॉलीवुड जिहड़ियां जिन्नियां फिल्मां आउंदियां ने। बट अदरवाइज़ जे सोचा जाए तां पंजाबी गाने ऑलमोस्ट पहले ही सारे ने सुने हुंदे आ जिहड़े हिट हुंदे आ ना जी, ते बहुत चंगा लगदा जो तुसीं, क्योंकि मेरा प्रोफेशन सिंगिंग दे विच असीं जदों शोज़ करदे आ, साढ़े मोस्टली शोज़ दिल्ली, जयपुर, बॉम्बे इधर आस पास हुंदे रहिंदे, जदों असीं एवें दे लोकां नूं गाणियां ते इंजॉय करदे देखदे जिन्हां दा पंजाब जां पंजाबी नाल कोई लैणा देणा वी नहीं हुंदा, मतलब कदे सोचा वी नहीं हुंदा वी उन्हां ने वी बंदे कदे पंजाब आए होणगे। सो पंजाबी गाणियां दे झूमदे ने, इंजॉय करदे ने, तां बहुत खुशी हुंदी है, क्योंकि इस तों पहलां असीं पंजाब 'च बहुत परफॉर्म कीता 3-4 साल पहलां, ते हुण असीं जदों बाहर जाइदा तां ऑडियंस नवीं ऑडियंस मिलदी आ, बट इंजॉय उन्ना ही करदे आ सारे लोग। सो खुशी हुंदी आ उन्हां नूं देख के कि ते होर कुछ इदां लगता कि आपां नूं
ਪੰਜਾਬੀ ਮਿਊਜ਼ਿਕ ਬਹੁਤ ਮੈਂ ਹਮੇਸ਼ਾ ਕਹਿੰਦਾ ਕਿ ਪੰਜਾਬੀ ਮਿਊਜ਼ਿਕ ਇੰਨਾ ਕਿ ਜ਼ਿਆਦਾ ਘੈਂਟ ਹੋ ਗਿਆ ਕਿ ਅਸੀਂ ਬਹੁਤ ਲੱਕੀ ਹਾਂ ਕਿ ਇਸ ਟਾਈਮ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਆਏ ਹਾਂ, ਕਿਉਂਕਿ ਹੁਣ ਰੀਚ ਪੰਜਾਬ ਦੀ ਪੰਜਾਬੀ ਮਿਊਜ਼ਿਕ ਪੰਜਾਬ ਤੱਕ ਨਹੀਂ ਹੈਗੀ, ਬਾਹਰ ਵੀ ਲੋਕ ਬਹੁਤ ਵਧੀਆ ਸੁਣਦੇ। ਜੈਸੀ, ਤੁਹਾਨੂੰ ਕੀ ਲੱਗਦਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਐਸਾ ਕਿਹੜਾ ਸਿੰਗਰ ਹੈ, ਕਿਹੜਾ ਐਕਟਰ ਹੈ ਜਿਹਦੇ ਨਾਲ ਪੰਗਾ ਲੈਣ ਤੋਂ ਡਰ ਲੱਗਦਾ ਵੀ ਇਹਦੇ ਨਾਲ ਪੰਗਾ ਨਹੀਂ ਲੈਣਾ? ਭਾਅ ਜੀ ਐਸ ਆਪਾਂ ਭਾਅ ਜੀ ਕਿਸੇ ਨਾਲ ਕੋਈ ਪੰਗਾ ਨਹੀਂ, ਮੈਨੂੰ 10 ਸਾਲ ਹੋ ਗਏ ਜੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ, ਅਤੇ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਕੰਮ ਨਾਲ ਹੀ ਪੰਗੇ ਲਈ ਜੋ ਬਹੁਤ ਵਧੀਆ, ਆਪਣੇ ਕੰਮ ਨੂੰ ਹੀ ਸੁਧਾਰਨ ਦਾ ਵਧੀਆ ਕਰਨ ਦੀ ਕੋਸ਼ਿਸ਼ ਕਰੋ ਜੋ ਬਹੁਤ ਵਧੀਆ ਰਹੂਗਾ। ਬਾਕੀ ਮੈਂ ਅੱਜ ਤੱਕ ਬਾਬੇ ਦੀ ਮਿਹਰ ਨਾਲ ਇੱਦਾਂ ਹੀ ਬਹੁਤ ਵਧੀਆ ਚੱਲਦਾ ਜੀ, ਕਿਸੇ ਨਾਲ ਪੰਗਾ ਲੈਣ ਦੀ ਲੋੜ ਹੀ ਨਹੀਂ ਪਈ ਹੈਗੀ, ਇੱਦਾਂ ਹੀ ਚੱਲਦਾ ਰਹੇ ਬਾਬਾ ਮਿਹਰ ਕਰੇ। ਆਖਰੀ ਸਵਾਲਾਂ ਵੱਲ ਮੈਂ ਵੱਧ ਰਿਹਾ, ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ, ਇਸ ਤੋਂ ਬਾਅਦ ਕੀ ਸ਼ਡਿਊਲ ਰਹਿਣਾ ਤੁਹਾਨੂੰ? ਫਿਲਮ 24 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ, 24 ਜਨਵਰੀ ਨੂੰ। ਹਾਂਜੀ, 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਫਿਲਮ, ਅਤੇ ਇਹ ਤੋਂ ਬਾਅਦ ਤਾਂ ਹਜੇ ਹੌਲੀ ਹੌਲੀ ਦੱਸਾਂਗੇ, ਬਟ ਮੈਂ ਹਜੇ ਫਿਲਮ ਦੀ ਪ੍ਰਮੋਸ਼ਨ ਦੇ ਲਈ ਆਇਆ, ਸੋ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਜਣੇ ਫਿਲਮ ਦੇਖ ਕੇ ਆਇਓ 24 ਤਰੀਕ ਨੂੰ। ਬਹੁਤ ਸੋਹਣੀ ਫਿਲਮ ਆ, ਜਿਵੇਂ ਆਪਾਂ ਇਸ ਤੋਂ ਪਹਿਲਾਂ ਗੱਲਾਂ ਕੀਤੀਆਂ ਕਿ ਬਹੁਤ ਰੀਅਲ ਜੀ ਸਟੋਰੀ ਹੈ, ਜਦ ਤੁਸੀਂ ਫਿਲਮ ਦੇਖ ਕੇ ਆਉਂਗੇ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰੋਗੇ ਉਸ ਕੰਸੈਪਟ ਦੇ ਨਾਲ, ਸੋ ਜ਼ਰੂਰ ਦੇਖ ਕੇ ਆਇਓ। ਬੈਸਟ ਵਿਸ਼ਸ ਦੈਨਿਕ ਸਵੇਰਾ ਦੀ ਤਰਫ। ਥੈਂਕ ਯੂ ਸੋ ਮਚ ਭਾਅ ਜੀ, ਥੈਂਕ ਯੂ ਜੀ। ਇਹਨੇ ਜੱਸੀ ਗਿੱਲ ਜੋ ਕਿ ਨਵੀਂ ਮੂਵੀ ਲੈ ਕੇ ਆ ਰਹੇ ਨੇ ਪੰਗਾ, 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ, ਹਾਲਾਂਕਿ ਦਰਸ਼ਕਾਂ ਨੂੰ ਕਿਸ ਤਰੀਕੇ ਦੀ ਲੱਗਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ। ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹੱਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।